ਪਹਿਲਾਂ ਫੇਸਬੁੱਕ ਤੇ ਕਮੈਂਟ ਕਰਕੇ ਪੰਜਾਬ ਸਰਕਾਰ ਦੇ ਲਈ ਮੁਸ਼ਕਿਲਾਂ ਖੜੀਆਂ ਕਰਨ ਵਾਲੀ ਪਾਰਲੀਮੈਂਟ ਮੈਂਬਰ ਨਵਜੋਤ ਕੌਰ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਦੀ ਆਹਟ ਵਿੱਚ ਸਿਆਸਤ ਵਿੱਚ ਗਰਮਾਹਟ ਲੈ ਆਂਦੀ ਹੈ। ਇਸ ਵਾਰ ਉਹਨਾਂ ਨੇ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਸਿਰਫ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਨੇ ਜਦਕਿ ਕੰਮ ਨਹੀਂ ਹੋ ਰਿਹਾ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿਕਾਸ ਦੇ ਲਈ ਅਕਤੂਬਰ 2012 ਵਿੱਚ ਇੰਪਰੂਵਮੈਂਟ ਟਰੱਸਟ ਤੋਂ 10 ਕਰੋੜ ਰੁਪਏ ਦੇ ਵਰਕ ਆਰਡਰ ਜਾਰੀ ਹੋਏ ਸਨ ਪਰ ਅੱਜ ਤੱਕ ਕੰਮ ਨਹੀਂ ਹੋਇਆ। ਇਸ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਬੀਬੀ ਨਾਲ ਮਿਲ ਕੇ ਸਰਕਾਰ ਚਲਾਉਣ ਦੀ ਡਾਇਰੈਕਸ਼ਨ ਜ਼ਰੂਰ ਲੈਣਗੇ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਡਾਕਟਰ ਸਿੱਧੂ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਬੜਾ ਅਨਫੋਰਚੁਨੇਟ ਹੈ ਇਸ ਤਰ੍ਹਾਂ ਦਾ ਬਿਆਨ ਆਉਣਾ ਔਰ ਮੈਂ ਉਹਨਾਂ ਨਾਲ ਗੱਲ ਕਰਾਂਗਾ, ਉਹਨਾਂ ਨੂੰ ਬੁਲਾਊਂਗਾ। ਮੈਂ ਮੰਨਦਾ ਕਿ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸਾਂਝੇ ਤੌਰ 'ਤੇ ਸਰਕਾਰ ਚਲਾ ਰਹੇ ਹਾਂ। ਅਸੀਂ ਖੁਸ਼ਕਿਸਮਤ ਹਾਂ ਕਿ ਬਾਦਲ ਸਾਹਿਬ ਦੀ ਅਗਵਾਈ ਹੈ। ਸਾਡੇ ਬੜੇ ਸੀਮਿਤ ਸਾਧਨ ਨੇ, ਅਸੀਂ ਬਹੁਤ ਲਿਮਿਟਿਡ ਰਿਸੋਰਸ ਦੇ ਵਿੱਚ ਸਰਕਾਰ ਚਲਾ ਰਹੇ ਹਾਂ, ਲੇਕਿਨ ਫਿਰ ਵੀ ਵਿਕਾਸ ਦਾ ਕੰਮ ਹੋਇਆ, ਉਸੇ ਵਿਕਾਸ ਕਰਕੇ ਸਰਕਾਰ ਰਿਪੀਟ ਹੋਈ ਹੈ। ਮਿਸਟਰ ਸਿੱਧੂ ਦੇ ਕੁਛ ਮੁਤਾਲਬੇ ਹੋ ਸਕਦੇ ਹੈ, ਉਹ ਜਵਾਬ ਦੇ ਨੇ ਆਪਣੇ ਹਲਕੇ ਵਾਸਤੇ, ਲੇਕਿਨ ਵਿਦ ਇਨ ਪਾਰਟੀ ਬਹੁਤ ਸਾਰੇ ਫੋਰਮ ਹੁੰਦੇ ਹੈ, ਵਿਦ ਇਨ ਗਵਰਨਮੈਂਟ ਬਹੁਤ ਸਾਰੇ ਫੋਰਮ ਹੁੰਦੇ ਹੈ ਜਿੱਥੇ ਇਹ ਗੱਲ ਉਹਨਾਂ ਨੂੰ ਚੁੱਕਣੀ ਚਾਹੀਦੀ ਸੀ। ਅਖਬਾਰ ਦੇ ਰਾਹੀਂ ਇਹ ਗੱਲ ਕਰਕੇ ਬਹੁਤ ਚੰਗੀ ਚੀਜ਼ ਨਹੀਂ ਹੋਈ, ਲੇਕਿਨ ਮੈਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਸ ਵਿਸ਼ੇ ਤੇ ਮੈਂ ਦੁਬਾਰਾ ਲਾਸਟ ਰਿਕੁਐਸਟ ਕਰਨ ਜਾਊਂਗੀ। ਉਸ ਤੋਂ ਬਾਅਦ ਕਿਉਂਕਿ ਮੇਰੇ ਕਾਉਂਸਲਰਸ ਤਿਆਰ ਹੈ, ਮੇਰੇ ਬੰਦੇ ਤਿਆਰ ਹੈ, ਹੁਣ ਉਹ ਪ੍ਰੋਟੈਸਟ ਮੋਡ 'ਚ ਆ ਗਏ ਹੈ, ਮੈਂ ਉਹਨਾਂ ਨੂੰ ਨਹੀਂ ਰੋਕ ਸਕਦੀ। ਉਹਨਾਂ ਨੇ ਹੁਣ ਲਾਸਟ ਵਾਰਨਿੰਗ ਹੋ ਗਈ ਹੈ, ਮੈਂ ਆਪਣਾ ਸਾਰਾ ਬ੍ਰਾਂਡ ਆਪਣੇ ਆਪ 'ਤੇ ਕਿਉਂ ਲਵਾਂ, ਮੈਂ ਕਿਉਂ ਕੁਐਸਚਨ ਕਰਾਂ? ਮੈਂ ਉਹਨਾਂ ਨੂੰ ਕਹਿੰਦੇ ਕਹਿੰਦੇ ਥੱਕ ਗਈ, ਅਗਲੇ ਮਹੀਨੇ ਤੁਹਾਡੇ ਟੈਂਡਰ ਲੱਗ ਜਾਣਗੇ, ਹੁਣ 15 ਦਿਨਾਂ 'ਚ ਤੁਹਾਡੇ ਟੈਂਡਰ ਲੱਗ ਜਾਣਗੇ। ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੂੰ ਸੁਖਬੀਰ ਬਾਦਲ ਤੋਂ ਫੋਨ ਵੀ ਕਰਾਤਾ, ਆਪਣੇ ਮੰਤਰੀ ਤੋਂ ਫੋਨ ਵੀ ਕਰਾਤਾ, ਫਿਰ ਕੀ ਹਿਕਅਪਸ ਹੈ? ਕਿਉਂ ਇਹ ਰੁਕਦੇ ਹੈ? ਕਿਉਂ ਇਹ ਝੂਠ ਬੋਲਦੇ ਹੈ? ਜਾਂ ਤਾਂ ਮੈਨੂੰ ਸੱਚ ਕਹਿ ਦੇਣ, ਮੈਂ ਲੋਕਾਂ ਨੂੰ ਕਹਿ ਦਿੰਦੀ ਕਿ ਪੈਸਾ ਨਹੀਂ ਹੈ। ਕਿਉਂ ਮੈਨੂੰ ਕਿਹਾ ਕਿ ਤੇਰੇ ਪੈਸੇ ਆ, ਤੇਰੇ ਸੈਂਕਸ਼ਨ ਹੋ ਗਏ, ਤੇਰਾ ਸਾਰਾ ਕੁਝ ਹੋ ਗਿਆ, ਹੁਣ ਤੁਹਾਡਾ ਕੰਮ ਚੱਲੂਗਾ? ਤੇ ਜੇ ਕੰਮ ਹੋਣਾ ਹੀ ਨਹੀਂ ਹੈ, ਫਿਰ ਅਸੀਂ ਕੁਰਸੀਆਂ ਤੇ ਕਾਹਦੇ ਲਈ ਬੈਠੇ ਆ? ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ। Thank you.